ਪਤਾ ਚੱਲਿਆ ਰੱਬ ਨੇ ਤੇਰੇ ਘਰ ਬੇਟਾ ਤਾਂ ਫਰਮਾਇਆ, ਤੈਨੂੰ ਕਿਤੋਂ ਪਤਾ ਚੱਲ ਗਿਆ? ਆਮਣਾ ਮੈਨੂੰ ਕਵੀ ਵੀ ਥੋੜਾ ਪਤਾ ਚੱਲਿਆ, ਇਹ ਤੇ ਪੂਰੇ ਜਹਾਨ ਨੂੰ ਪਤਾ ਚੱਲ ਗਿਆ। ਕੁਛ ਮਿਲਿਆ ਤੇ ਕੋਈ ਨੀ,
ਜੋ ਪਕਾਰ ਹੋਣ ਉੱਚੀ ਨਾ ਬੋਲ ਰੱਬ ਨੇ ਸਭ ਕੁਛ ਦੇ ਦਿੱਤਾ ਕੁਛ ਨਹੀਂ ਸਭ ਕੁਛ ਦੇ ਦਿੱਤਾ ਤੇ ਤੈਨੂੰ ਦਿਖਾਵਾਂ ਦਿਖਾ ਇਹ ਚੱਲ ਫਿਰ ਕੇ ਘਰ ਚੱਲ ਕੇ ਦਿਖਾਉਣੀ ਚੱਲ ਫਿਰ ਕੇ ਘਰ ਚੱਲ ਕੇ ਦਿਖਾਉਣੀ ਆ ਮੈਂ ਕਹਿੰਦੀ ਹਾਂ ਇੱਥੇ ਜਿੱਥੇ ਮੈਂ ਗੁਣੀ ਆਵਾਂ ਨਾ ਮੈਂ ਗੱਲ ਕਰਕੇ ਨਿਕਲੀ ਹਾਂ ਮੈਂ ਕਹਿੰਦੀ ਕਿਤੇ ਇੱਥੇ ਹੀ ਹੁਣ ਕਿਤੇ ਤੱਤੀ ਲਾਉਣ ਨਾ ਲੱਗ ਜਾਊ ਤੇ ਚੱਲ ਘਰ ਚੱਲ ਕੇ ਤੇ ਚੱਲ ਹੁਣ ਤੂੰ ਆਪਣੀ ਸਵਾਰੀ ਨੂੰ ਤਿਆਰ ਕਰੀਏ ਤੇ ਨਿਕਲੀਏ ਤੇ ਹਾਮਦ ਅੱਗੇ ਸਵਾਰੀ ਦੇ ਉੱਪਰ ਬੈਠ ਗਿਆ ਪਿੱਛੇ ਅੰਮਾ ਹਲੀਮਾ ਲੈ ਕੇ ਬੈਠ ਗਈਆਂ ਤੇ ਹੁਣ ਜਿਹੜਾ ਸਵਾਰੀ ਨੂੰ ਜਿਹੜਾ ਮੁਹਾਰਾ ਫੜੀਆਂ ਤੈਨ ਕਰਕੇ ਉਠਾਉਣ ਦੀ ਕੋਸ਼ਿਸ਼ ਕੀਤੀ ਸਵਾਰੀ ਉੱਠਦੀ ਨਹੀਂ ਟੋਲਦੀ ਪਰੇਸ਼ਾਨ ਹੋ ਗਿਆ ਵੀ ਅੱਜ ਤੱਕ ਇਹ ਸਵਾਰੀ ਨੂੰ ਮੈਂ ਜਿੱਥੇ ਲੈ ਕੇ ਫੜਿਆ ਟੁਰਿਆ ਨਾਲ ਟੁਰੀਏ ਕਹੀਏ ਚੰਗੀ ਹੈ ਹੋਣੇ ਨੂੰ ਕੀ ਹੈ ਫਿਰ ਹੱਥ ਛੜੀ ਪੜੀ ਸੀ ਹਲਕੀ ਦੀ ਛਮਕ ਅਚਨਾ ਮਾਰੀ ਲੇਕਿਨ ਉਹ ਕੋਈ ਨਹੀਂ ਫਿਰ ਮੁਹਾਰ ਨੂੰ ਫੜ ਕੇ ਫਿਰ ਖੁਦ ਥੱਲੇ ਉੱਤਰ ਕੇ ਆਖਿਰਕਾਰ ਨਾ ਰੱਬੇ ਜ਼ੁਲ ਜਲਾਲ ਨੇ ਉਸ ਸਵਾਰੀ ਨੂੰ ਜ਼ਬਾਨ ਦਿੱਤੀ ਗੁਜਾਈ ਦਿੱਤੀ ਕਿ ਤੂੰ ਇਹਨੂੰ ਸਮਝਾ ਸਮਝਾ ਕੀ ਹਲੀਮਾ ਦੇ ਘਰ ਵਾਲੇ ਨੂੰ ਇਹ ਸਮਝਾ ਵੀ ਜਿਹਨੂੰ ਤੂੰ ਕੰਡ ਕਰਕੇ ਬੈਠਾ ਨਾ ਜਿਹਨੂੰ ਤੂੰ ਆਪਣੇ ਪਿੱਛੇ ਬਿਠਾਇਆ ਇਹਨੂੰ ਤੂੰ ਮੈਂ ਪੂਰੀ ਕਾਇਨਾਤ ਦਾ ਇਮਾਮ ਬਣਾ ਕੇ ਘੱਲੇ ਆਪਣੀ ਝੋਲੀ ਚ ਬਿਠਾ ਲਿਆ ਤੇ ਫਿਰ ਨਾ ਉਹੀ ਮੁਹਾਰਾ ਜਿਹੜੀਆਂ ਨਾ ਆਮਨਾ ਦੇ ਨਾਲ ਦੁਰ ਯਕੀਨ ਪੈਗੰਬਰ ਅੰਮਾ ਆਮਨਾ ਦੇ ਜੀਵਨ ਦੇ ਟੁਕੜੇ ਤੇ ਮਾਸੂਮ ਹੱਥਾਂ ਦੇ ਨਾਲ ਮੁਹਾਰਾ ਲਾਈਆਂ ਮੁਹਾਰਾ ਲੱਗਣ ਦੀ ਦੇਰ ਚ ਹੀ ਸਵਾਰੀ ਦੇ ਉੱਪਰ ਤਰੰਡ ਆ ਗਿਆ ਇਹ ਮੌਜੂਦਾ ਦੌਰ ਦੀ ਮੁਨਾਸਬਤ ਨਾਲ ਗੱਲ ਕਰਨਾ ਕਿ ਜਨਾਬ ਇੰਜ ਹੱਥ ਲੱਗਣ ਦੀ ਦੇਰ ਸੂਰਜ ਚਾਰਜ ਹੋ ਗਈ
लेकिन अम्मा ने जो एक जवाब दिता ना सारे ते भारी अच्छा अगर घर पहुंच गई। वाह वाह वाह।